ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼, ਮੈਂ ਹਾਂ ਤੁਹਾਡੇ ਨਾਲ ਅੰਜਲੀ। ਫਗਵਾੜਾ ਸ਼ਹਿਰ ਵਿੱਚ ਬੀਤੀ ਰਾਤ ਬਿਖੌਫ ਚੋਰਾਂ ਨੇ ਚਾਚੋ ਕੀ ਕਲੋਨੀ ਵਿਖੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਵਿੱਚ ਪਏ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਇਆਂ ਦੀ ਨਕਦੀ ਲੈ ਕੇ ਬਿਖੌਫ ਚੋਰ ਫਰਾਰ ਹੋ ਗਏ। ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਅਨਿਲ ਕੁਮਾਰ ਨੇ ਦੱਸਿਆ ਕਿ ਇਹ ਉਹਨਾਂ ਦੇ ਸਹੁਰਿਆਂ ਦਾ ਘਰ ਹੈ ਅਤੇ ਉਹਨਾਂ ਦੇ ਸਹੁਰੇ ਆਪਣੇ ਕਿਸੇ ਘਰੇਲੂ ਕੰਮ ਲਈ ਬਿਹਾਰ ਗਏ ਹੋਏ ਹਨ। ਉਹਨਾਂ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਹਨਾਂ ਦੇ ਸਾਲੇ ਦਾ ਵਿਆਹ ਸੀ, ਜਿਸ ਕਾਰਨ ਉਹਨਾਂ ਨੇ ਵਿਆਹ ਲਈ ਸੋਨੇ ਦੇ ਗਹਿਣੇ ਅਤੇ ਘਰ ਵਿੱਚ ਕਰੀਬ 1.5 ਲੱਖ ਰੁਪਏ ਦੀ ਨਕਦੀ ਰੱਖੀ ਹੋਈ ਸੀ, ਜਿਸ ਨੂੰ ਬੀਤੀ ਰਾਤ ਬਿਖੌਫ ਚੋਰ ਘਰ ਦੇ ਉੱਪਰਲੇ ਮੇਨ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੁੰਦੇ ਹਨ ਅਤੇ ਘਰ ਵਿੱਚ ਪਏ ਲੱਖਾਂ ਰੁਪਏ ਅਤੇ ਸੋਨੇ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਇਸ ਸਾਰੀ ਘਟਨਾ ਨਾਲ ਉਹਨਾਂ ਦਾ ਕਰੀਬ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚੋਰ ਨੂੰ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਫਗਵਾੜਾ ਨਿਊਜ਼ ਤੋਂ ਕੈਮਰਾਮੈਨ ਜਸ਼ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਭਾਈ ਅਨਿਲ ਕੁਮਾਰ ਸਿੰਘ ਹੈ ਜੀ, ਅਨਿਲ ਕੁਮਾਰ ਜੀ ਹਾਂਜੀ, ਕੀ ਮਾਮਲਾ ਕੀ ਹੈ ਜਿਹੜਾ ਅੱਜ ਚਾਚੋ ਕੀ ਮਾਮਲਾ ਨਹੀਂ ਆਏ? ਸਰ ਗੱਲ ਇੱਦਾਂ ਹੈ ਕਿ ਇਹ ਮੇਰੇ ਸਹੁਰੇ ਸਾਹਿਬ ਦਾ ਘਰ ਆ, ਉਹ ਪਿੰਡ ਗਏ ਆ, ਮਤਲਬ ਜ਼ਮੀਨ ਦਾ ਉੱਥੇ ਚੱਲਦਾ ਪਿਆ ਨਾ ਆਪਣਾ, ਉਹ ਕਰਾ ਕੇ ਆ, ਉਹ ਪੇਪਰ ਜਿਹਾ ਸਹੀ ਕਰਾ ਕੇ ਉਹ ਪਿੰਡ ਗਏ ਆ। ਮੈਨੂੰ ਸਵੇਰੇ ਫੋਨ ਆਇਆ ਗੁਆਂਢੀਆਂ ਦਾ, ਕਹਿੰਦੇ ਤੂੰ ਨਾ ਉੱਪਰ ਦਾ ਕੋਠੇ 'ਤੇ ਨਾ ਗੇਟ ਖੁੱਲ੍ਹਾ ਆ, ਤੋੜਿਆ ਹੋਇਆ। ਮੈਂ ਆ ਗਿਆ, ਲੋਕ ਤੋੜਿਆ, ਜਦੋਂ ਲੋਕ ਤੋੜ ਕੇ ਅੰਦਰ ਆਇਆ ਤਾਂ ਮੁੰਡੇ ਦਾ ਵਿਆਹ ਸੀ ਦਿਸੰਬਰ 'ਚ ਮੇਰੇ ਸਾਲੇ ਦਾ, ਉਹ ਦੇਖਿਆ ਤਾਂ ਗੋਲਡ ਭਾਈ ਗੋਲਡ ਲਿਆ ਸੀ ਜੇ ਪੀ ਜੂਲਰ ਦਾ, 3 ਲੱਖ ਦਾ ਗੋਲਡ ਸੀਗਾ, ਗੋਲਡ ਗੋਲਡ ਸਾਰਾ ਕੱਢ ਲਿਆ ਜੀ। ਉਹ ਤੋਂ ਬਾਅਦ ਉੱਥੇ ਕੈਸ਼ ਪਿਆ ਸੀ 1.5 ਲੱਖ ਰੁਪਏ ਕੈਸ਼ ਸੀ, 1,30,000 ਇੱਧਰ ਸੀ ਤਾਂ 20,000 ਉੱਧਰ ਪਿਆ, 1.5 ਲੱਖ ਰੁਪਏ ਕੈਸ਼ ਲੈ ਗਏ, ਬਾਕੀ ਹੋਰ ਵੀ ਕੰਪਿਊਟਰ ਪਿਆ ਸੀ ਦੇਖੋ ਤੁਹਾਡੇ ਸਾਹਮਣੇ। ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਭਾਅ ਜੀ? ਲਗਭਗ 5 ਤੋਂ 6 ਲੱਖ ਰੁਪਈਆ ਦਾ ਮਤਲਬ ਨੁਕਸਾਨ ਹੋਇਆ ਸਾਡਾ। ਅਤੇ ਗਹਿਣਾ ਇੱਥੇ ਘਰ ਰੱਖਿਆ ਜੀ? ਹਾਂਜੀ, ਕੀ ਕਰੀਏ ਸਰ, ਮਤਲਬ ਹਫ਼ਤੇ ਵਾਸਤੇ ਗਏ ਸੀਗੇ, ਕਹਿੰਦੇ 1 ਹਫ਼ਤੇ ਵਾਸਤੇ ਚੱਲੇ ਹਾਂ, ਮਤਲਬ ਹੁਣ ਗੋਲਡ ਲਿਆ ਮੈਨੂੰ ਬੈਂਕ 'ਚ ਰੱਖ ਦਿੰਦੇ, ਪਰ ਉਹਨਾਂ ਟਾਈਮ ਹੈ ਨਹੀਂ ਗਾ, ਸਿਰਫ ਸਰਵੇ ਸੀ ਬਿਹਾਰ, ਉਹ ਪਿੰਡ ਚਲੇ ਗਏ ਸਰਵੇ ਕਰਾਉਣ, ਜ਼ਮੀਨ ਦਾ ਸਰਵੇ ਚੱਲਦਾ ਪਿਆ ਨਾ। ਵਿਆਹ ਕਿਹਦੇ ਸੀਗੇ? ਮੇਰੇ ਸਾਲੇ ਦਾ ਵਿਆਹ ਦਿਸੰਬਰ 'ਚ ਜੀ। ਅੱਛਾ, ਉਹਦੇ ਵਾਸਤੇ ਮਤਲਬ ਗਹਿਣੇ ਲਏ ਸੀਗੇ ਔਰ ਸ਼ੋਪਿੰਗ ਕਰਨ ਵਾਸਤੇ ਪੈਸੇ ਰੱਖੇ ਸੀਗੇ, ਤਾਂ ਕਿ ਆਵਾਂਗੇ ਸ਼ੋਪਿੰਗ ਕਰਨ ਜਾਵਾਂਗੇ, ਬਸ ਸੋਮਵਾਰ ਦਾ ਪਲਾਨ ਸੀ ਆਪਣਾ, ਦੂਜਿਆਂ ਜਾ ਕੇ ਸ਼ੋਪਿੰਗ। ਤੁਹਾਡੇ ਸਹੁਰੇ ਸਾਹਿਬ ਦਾ ਕੀ ਨਾਮ ਆ? ਬਲਰਾਮ ਸਿੰਘ। ਇੱਥੇ ਰਹਿੰਦੇ? ਹਾਂਜੀ, ਇੱਥੇ ਰਹਿੰਦੇ ਜੀ। ਅਤੇ ਇੱਕ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਲੈ ਕੇ? ਮੈਂ ਇੰਡਸਟਰੀ ਥਾਣੇ ਜਾ ਕੇ ਕੰਪਲੇਨ ਕਰਕੇ ਆਇਆ ਸਰ। ਹਾਂਜੀ, ਤਾਂ ਉਹਨਾਂ ਨੇ ਪੁਲਿਸ ਆਈ ਸੀ ਮੌਕੇ? ਪੁਲਿਸ ਮੌਕੇ 'ਤੇ ਆਈ ਹੈ, ਉਹ ਤਾਂ ਪੁਲਿਸ ਕਿਹਾ ਕਿ ਕੋਈ ਕੱਲ੍ਹ ਨੂੰ ਤੁਸੀਂ ਲੈ ਕੇ ਆਓ ਆਪਣੇ, ਮਤਲਬ ਸਾਲਾ ਸਾਹਿਬ ਮੈਨੂੰ ਕੱਲ੍ਹ ਤੋਂ ਕੱਲ੍ਹ ਆ ਰਿਹਾ ਸਾਲਾ ਮੇਰਾ। ਕੋਈ ਸੀਸੀਟੀਵੀ ਕੈਮਰੇ ਜਾਏ ਬੰਦੇ? ਹਾਂਜੀ, ਕੋਈ ਸੀਸੀਟੀਵੀ ਕੈਮਰਾ ਹੈ ਨਹੀਂ ਸਰ ਇੱਥੇ, ਕੈਮਰੇ ਕੋਈ ਵੀ ਅਸੀਂ ਪ੍ਰਸ਼ਾਸਨ ਤੋਂ ਬਸ ਇਹੀ ਮੰਗ ਕਰਦੇ ਹਾਂ, ਸਾਨੂੰ ਪਰ ਇਨਸਾਫ ਤਾਂ ਬਹੁਤ ਔਖੇ ਹੋ ਕੇ ਪੈਸੇ ਇਕੱਠੇ ਕਰਕੇ, ਮਤਲਬ ਗੋਲਡ ਲਿਆ ਸੀ ਇੰਨੇ ਪੈਸੇ, ਤਾਂ ਕਿਹੜਾ ਮੁੱਲਾ ਪੈਂਦਾ ਜੀ? ਇਹ 4 ਚੁੱਕੀ ਮੁੱਲਾ ਜੀ, ਕਲੋਨੀ ਪੈਂਦੀ? ਹਾਂਜੀ, 4 ਚੁੱਕੀ ਕਲੋਨੀ।